ਹਾਂਜੀ, ਸਵੇਰ ਵੇਲਾ ਹੈ ਜੀ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਹਾਜ਼ਰ ਹਾਜ਼ਰੀ ਵਲੋਗ ਲੈ ਕੇ ਆਪਣਾ, ਅਤੇ ਮੈਂ ਹਾਂ ਪ੍ਰਭਜੋਤ, ਅਤੇ ਤੁਸੀਂ ਦੇਖ ਰਹੇ ਹੋ ਜੀ ਯੂਟਿਊਬ ਚੈਨਲ ਪ੍ਰਭਜੋਤ 26 ਮਹਿਰਾ ਵਲੋਗ। ਇਹ ਫੈਮਿਲੀ ਵਲੋਗ ਹੈ ਜੀ। ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇਸ ਚੈਨਲ 'ਤੇ। ਜੇ ਤੁਸੀਂ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ, ਅਤੇ ਆਪਣੀ ਇਸ ਯੂਟਿਊਬ ਫੈਮਿਲੀ ਦਾ ਹਿੱਸਾ ਬਣਿਓ ਜੀ। ਅਤੇ ਸ਼ੁਰੂ ਕਰਦੇ ਹਾਂ ਆਪਾਂ ਅੱਜ ਦਾ ਵਲੋਗ। ਬਾਰਿਸ਼ ਹੈ ਜਿਹੜੀ ਉਹ ਪੈ ਰਹੀ ਹੈ, ਹਲਕੀ ਹਲਕੀ ਬਾਰਿਸ਼ ਹੋ ਰਹੀ ਹੈ। ਅਤੇ ਮੈਂ ਇੱਥੇ ਘਰ ਦਾ ਕੰਮ ਸਟਾਰਟ ਕਰ ਲਿਆ ਸੀਗਾ, ਆਪਣਾ ਭਾਂਡੇ ਸਾਰੇ ਬਾਹਰ ਕੱਢ ਦਿੱਤੇ ਸੀਗੇ ਅਤੇ ਮਾਂਜਣ ਲੱਗੀ ਸੀਗੀ ਭਾਂਡੇ ਮੈਂ। ਅਤੇ ਮੈਂ ਕਿਹਾ ਨਾਲ ਹੀ ਵਲੋਗ ਦੀ ਸਟਾਰਟਿੰਗ ਵੀ ਕਰ ਦਿੰਦੇ ਹਾਂ ਆਪਾਂ। ਅਤੇ ਹੈਲੋ ਜੀ, ਆਪਾਂ ਚੱਲੇ ਸੀਗੇ ਮਿਲਣ ਤਾਇਆ ਜੀ ਨੂੰ ਔਰ ਬੜੀ ਮੰਮਾ ਜੀ ਨੂੰ, ਅਤੇ ਉਹਨਾਂ ਨੇ ਜਾਣਾ ਹੈ। ਉਹ ਆਏ ਹੋਏ ਨੇਗੇ ਅਮਰੀਕਾ ਤੋਂ, ਅਤੇ ਉਹਨਾਂ ਨੇ ਜਾਣਾ ਸੀਗਾ, ਅਤੇ ਉਹਨਾਂ ਨੂੰ ਮਿਲਣ ਚੱਲੇ ਆਪਾਂ। ਅਤੇ ਨਾਲ ਮੰਮੀ ਨੇ, ਭਰਾ ਹੈ ਔਰ ਮੇਰੀ ਫੈਮਿਲੀ ਹੈ, ਅਤੇ ਨਾਲ ਭਤੀਜੀ ਹੈ ਮੇਰੀ। ਅਤੇ ਚਲੋ ਜੀ, ਅੱਜ ਦੇ ਵਲੋਗ ਵਿੱਚ ਆਪਾਂ ਉਹਨਾਂ ਨੂੰ ਮੁਲਾਕਾਤ ਕਰਦੇ ਹੋਊਗਾ ਅੱਜ ਦਾ ਵਲੋਗ ਜਿਹੜਾ। ਅਤੇ ਫਿਰ ਉਹਦੇ ਵਿੱਚ ਬਹੁਤ ਦੇਰ ਬਾਅਦ ਮਿਲਣ ਜਾਣਾ ਹੈ ਅੱਜ ਆਪਾਂ, ਅਤੇ ਕਾਫੀ ਟਾਈਮ ਹੋ ਗਿਆ ਇਹਨਾਂ ਨੂੰ ਮਿਲਿਆਂ ਨੂੰ, ਅਤੇ ਅੱਜ ਜਾਣਾ ਮਿਲਣ। ਦੇਖਦੇ ਆਪਾਂ ਟਾਈਮ ਸਪੈਂਡ ਕਰਾਂਗੇ ਇਹਨਾਂ ਨਾਲ, ਹੈ ਨਾ। ਅਤੇ ਅੱਜ ਦੇ ਵਲੋਗ ਵਿੱਚ ਤੁਹਾਨੂੰ ਉਹ ਮਿਲੂਗਾ। ਚਲੋ ਜੀ, ਚੱਲਦੇ ਆਪਾਂ, ਰੈਡੀ ਹੋ ਗਿਆ ਸਾਰੇ, ਤਿਆਰ ਖੜ੍ਹੇ ਨੇਗੇ, ਅਤੇ ਮੈਂ ਵੀ ਚੱਲਦੀ ਆ, ਠੀਕ ਹੈ ਨਾ। ਓਕੇ ਜੀ। ਹਾਂਜੀ, ਮੰਮੀ ਹੁਣੇ ਆ ਗਏ ਸੀਗੇ ਮੇਰੇ ਸਾਹਨੇ ਵਾਲ ਤੋਂ, ਭਰਾ ਔਰ ਭਤੀਜੀ। ਅਤੇ ਹੁਣ ਅਸੀਂ ਚੱਲੇ ਸੀਗੇ ਨਾਲ, ਅਤੇ ਆਪਣੀ ਗੱਡੀ ਇੱਥੇ ਖੜ੍ਹੀ ਹੈ ਜੀ, ਅਤੇ ਆਪਾਂ ਆਪਣੇ ਭਰਾ ਦੀ ਗੱਡੀ 'ਚ ਜਾਵਾਂਗੇ। ਅਤੇ ਆਪਾਂ ਚੱਲੇ ਸੀਗੇ, ਸਾਰੇ ਰੈਡੀ ਹੋ ਗਏ ਸੀ, ਗੱਡੀ 'ਚ ਬੈਠ ਗਏ ਸੀਗੇ, ਅਤੇ ਮੈਂ ਮੇਰਾ ਵਲੋਗ ਬਣਾਉਣ ਦੀ ਪਈ ਸੀ, ਅਤੇ ਨਾ ਇਸ ਲਈ ਮੈਂ ਬਾਹਰ ਸੀਗੀ, ਵਲੋਗ ਵੀਡੀਓ ਬਣਾ ਰਹੀ ਸੀ ਆਪਣੀ। ਅਤੇ ਸਾਰੇ ਬੈਠ ਗਏ ਸੀਗੇ, ਅਤੇ ਹੁਣ ਮੈਂ ਵੀ ਬੈਠਣ ਲੱਗੀ ਸੀ ਗੱਡੀ ਦੇ ਵਿੱਚ। ਅਤੇ ਚਲੋ ਜੀ, ਆਪਾਂ ਚੱਲਦੇ ਹਾਂ। ਅਤੇ ਤਾਇਆ ਜੀ ਮੇਰੇ ਧੂਰੀ ਰਹਿੰਦੇ ਨੇਗੇ, ਅਤੇ ਉੱਥੇ ਮਿਲਣ ਜਾਣਾ ਆਪਾਂ, ਅਤੇ ਬਹੁਤ ਟਾਈਮ ਬਾਅਦ ਮਿਲਣ ਜਾ ਰਹੇ ਸੀਗੇ। ਅਤੇ ਚਲੋ ਜੀ, ਪਿੱਛੇ ਮੇਰਾ ਛੋਟਾ ਬੇਟਾ ਹਰਮਨ ਔਰ ਭਤੀਜੀ ਬੈਠੇ ਸੀ, ਨਾਲ ਮੇਰੇ ਮੰਮੀ ਬੈਠੇ ਨੇ, ਅਤੇ ਮੇਰਾ ਬੜਾ ਬੇਟਾ ਔਰ ਮੂਹਰੇ ਭਰਾ ਗੱਡੀ ਚਲਾ ਰਿਹਾ ਸੀਗਾ, ਅਤੇ ਨਾਲ ਮੇਰੇ ਹਸਬੈਂਡ ਬੈਠੇ ਸੀਗੇ। ਅਤੇ ਚਲੋ ਜੀ, ਚੱਲਦੇ ਆਪਾਂ ਧੂਰੀ। ਲਓ ਜੀ, ਆਪਾਂ ਪਹੁੰਚ ਗਏ ਸੀਗੇ ਆਪਣੇ ਘਰ, ਤਾਇਆ ਜੀ ਉਹਨਾਂ ਦੇ ਧੂਰੀ, ਅਤੇ ਮੇਰੇ ਤਾਇਆ ਜੀ ਨੇ ਔਰ ਮੇਰੇ ਜੀਜੂ ਨੇ, ਅਤੇ ਗੋਦੀ ਵਿੱਚ ਹੈ ਸਾਡੀ ਜੰਨਤ ਛੋਟੀ ਜੀ, ਮੇਰੀ ਭਾਣਜੀ, ਬਹੁਤ ਟਾਈਮ ਬਾਅਦ ਹੋਈ ਹੈ ਇਹ, ਔਰ ਨਾਲ ਹੈ ਭਤੀਜੀ, ਅਤੇ ਮੇਰਾ ਭਰਾ ਹੈ ਤਾਇਆ ਜੀ ਦਾ ਬੇਟਾ। ਅਤੇ ਬਹੁਤ ਟਾਈਮ ਬਾਅਦ ਮਿਲੇ ਹਾਂ ਜੀ, ਅਤੇ ਉਹਨਾਂ ਨੂੰ ਤਾਂ ਮਿਲਿਆ ਨਹੀਂ ਗਿਆ ਜੰਨਤ, ਉਹਨਾਂ ਨੂੰ ਤਾਂ ਚਲੇ ਗਏ ਸੀਗੇ ਅਮੈਰੀਕਾ, ਅਤੇ ਪਾਰਟੀ 'ਤੇ ਮੇਰੇ ਤੋਂ ਜਾਇਆ ਨਹੀਂ ਨਾ ਗਿਆ ਸੀਗਾ, ਇਸ ਲਈ ਅਸੀਂ ਵੀਡੀਓ ਦੇਖ ਰਹੇ ਸੀਗੇ ਔਰ ਇੰਜੋਏ ਕਰ ਰਹੇ ਸੀਗੇ ਤਾਇਆ ਜੀ ਨੇ, ਅਤੇ ਨਾਲ ਮੈਨੂੰ ਛੇੜ ਰਹੇ ਸੀਗੇ, ਤੂੰ ਆਈ ਨਹੀਂ ਗੀ, ਦੇਖ ਲਾ ਵੀ ਇੰਨੇ ਕੁ ਸੀਗੇ ਮੈਂਬਰ ਆਪਣੇ, ਅਤੇ ਮੇਰੀ ਵੀ ਮਜਬੂਰੀ ਸੀ ਜੀ, ਤਾਂ ਕਰਕੇ ਨਹੀਂ ਜਾਇਆ ਗਿਆ ਮੇਰੇ ਤੋਂ। ਪਰ ਮੈਂ ਇਹ ਜ਼ਰੂਰ ਕਿਹਾ ਸੀ ਕਿ ਮੈਂ ਆਊਂਗੀ ਮਿਲਣ ਤੁਹਾਨੂੰ, ਵੀ ਜਾਣ ਤੋਂ ਪਹਿਲਾਂ ਮੈਂ ਮਿਲ ਕੇ ਜ਼ਰੂਰ ਜਾਊਂਗੀ, ਮੈਂ ਕਿਹਾ ਸੀਗਾ ਤਾਇਆ ਜੀ ਉਹਨਾਂ ਨੂੰ।
ਅਤੇ ਬੈਠ ਕੇ ਇੰਜੋਏ ਕਰ ਰਹੇ ਸੀਗੇ ਆਪਾਂ ਸਾਰੇ, ਹੱਸ ਖੇਡ ਰਹੇ ਸੀਗੇ ਅਤੇ ਗੱਲਾਂ ਕਰ ਰਹੇ ਸੀਗੇ ਸਾਰੇ, ਵੀ ਬੱਚੇ ਵੀ ਮੇਰੇ ਬੈਠੇ ਸੀਗੇ ਔਰ ਵੱਡੇ ਮੰਮੀ ਤਾਈ ਜੀ ਮੇਰੇ, ਅਤੇ ਬਾਕੀ ਸਾਰੀ ਫੈਮਿਲੀ ਇਕੱਠੇ ਹੋਏ ਬੈਠੇ ਗੱਲਾਂ ਮਾਰ ਰਹੇ ਸੀਗੇ ਆਪਾਂ, ਅਤੇ ਉੱਧਰ ਭਾਬੀ ਜੀ ਹੱਥ ਹਿਲਾ ਰਹੇ ਸੀਗੇ ਅਤੇ ਮੇਰੇ ਤਾਇਆ ਜੀ ਨੇ, ਅਤੇ ਇਹਨਾਂ ਦੇ ਨਾ ਪੈਰ 'ਤੇ ਫ੍ਰੈਕਚਰ ਹੋ ਗਿਆ ਤਾਇਆ ਜੀ ਦੇ, ਅਤੇ ਸਕੂਟੀ ਤੋਂ ਅੱਗੇ ਕੁਛ ਆ ਗਿਆ ਪਤਾ ਨਹੀਂ ਕਿੱਦਾਂ, ਅਤੇ ਹੈਂਡਲ ਡੋਲ ਗਿਆ ਔਰ ਪੈਰ ਨਾ ਫ੍ਰੈਕਚਰ ਹੋ ਗਿਆ ਸੀਗਾ, ਅਤੇ ਮੈਂ ਉਹਨਾਂ ਦਾ ਪਤਾ ਲੈਣ ਮੇਰੇ ਭਰਾ ਤੋਂ ਪਤਾ ਲੱਗਿਆ ਸੀ, ਮੈਂ ਪਤਾ ਲੈਣ ਗਈ ਸੀਗੀ ਉਹਨਾਂ ਦਾ, ਨਾਲੇ ਮਿਲਣ ਗਈ ਸੀਗੀ ਉਹਨਾਂ ਨੂੰ, ਅਤੇ ਨਾਲੇ ਮੈਨੂੰ ਇਹ ਸੀ ਕਿ ਮੈਂ ਜਾਣ ਉਹਨਾਂ ਦੇ ਜਾਣ ਤੋਂ ਪਹਿਲਾਂ ਪਹਿਲਾਂ ਇੱਕ ਵਾਰੀ ਜਾਇਆ ਵਾਂ, ਉਹਨਾਂ ਨੂੰ ਮਿਲਿਆ ਵਾਂ ਕਿੱਦਣ ਦੀ ਕਹਿ ਰਹੀ ਸੀਗੀ, ਪਰ ਜਿਹੜੇ ਸਾਡੇ ਬਿਜ਼ੀ ਸੀਗੇ, ਮੇਰੇ ਹਸਬੈਂਡ ਵੀ ਗੱਡੀ ਲੈ ਕੇ ਚਲੇ ਜਾਂਦੇ ਨੇ, ਬੇਟਾ ਵੀ ਕਾਲਜ ਔਰ ਜਾਂਦਾ ਫਿਰ ਕਾਲ ਸੈਂਟਰ ਜਾਂਦਾ ਆ, ਅਤੇ ਮੈਂ ਇਕੱਲੀ ਕਦੇ ਗਈ ਨਹੀਂ ਹੈਗੀ, ਅਤੇ ਤਾਂ ਕਰਕੇ ਫਿਰ ਨਾਲ ਹੀ ਜਾਂਦੇ ਜਦੋਂ ਵੀ ਜਾਂਦੇ ਬੱਚੇ ਕਰ ਰਹੇ ਥੇ ਪੇਂਟਿੰਗ, ਦੋਨੋਂ ਭਤੀਜੀਆਂ ਮੇਰੀਆਂ। ਗੁਨੂ ਹੈਲੋ, ਓ ਗੁਨੂ ਵਾਓ, ਬਸ ਹਾਏ ਤਾਂ ਕਰਦੇ ਪੁੱਤ, ਓ ਗੁਨੂ ਇੱਧਰ ਹਾਏ ਤਾਂ ਕਰਦੇ, ਕੈਂਡੀ ਦਿਖਾ ਦੀ, ਕੈਂਡੀ ਦਿਖਾ ਦੋ, ਤੇਰੀ ਕਿੱਥੇ ਹੈ? ਇੱਥੇ ਦੋਨੋਂ ਬੱਚੇ ਪੇਂਟਿੰਗ ਕਰ ਰਹੇ ਸੀਗੇ, ਇੱਕ ਮੇਰੇ ਭਰਾ ਦੀ ਬੇਟੀ ਹੈ ਔਰ ਦੂਸਰੀ ਮੇਰੇ ਤਾਏ ਜੀ ਦੀ ਪੋਤੀ ਹੈ, ਦੋਨੋਂ ਹੀ ਮੇਰੀਆਂ ਭਤੀਜੀਆਂ ਨੇਗੀਆਂ, ਅਤੇ ਹੁਣ ਹੋ ਗਈ ਸੀ ਜੀ ਘਰ ਨੂੰ ਵਾਪਸੀ, ਅਤੇ ਧੂਰੀ ਤੋਂ ਘਰ ਨੂੰ ਵਾਪਸ ਆ ਰਹੇ ਸੀਗੇ। ਅਤੇ ਹਾਂਜੀ, ਜਦੋਂ ਵਾਪਸ ਆ ਰਹੇ ਸੀ ਨਾ, ਅਤੇ ਰਸਤੇ ਵਿੱਚ ਗੁਰਦੁਆਰਾ ਸਾਹਿਬ ਆਏ ਸੀਗੇ, ਅਤੇ ਉੱਥੇ ਲਿਖਿਆ ਹੋਇਆ ਸੀਗਾ ਹਾਂ ਦਾ ਨਾਰਾ ਮਲੇਰਕੋਟਲਾ, ਅਤੇ ਜਦੋਂ ਸਾਹਿਬਜ਼ਾਦਿਆਂ ਦੇ ਹੱਕ 'ਚ ਨਵਾਬ ਨੇ ਹਾਂ ਦਾ ਨਾਰਾ ਮਾਰਿਆ ਸੀ ਨਾ, ਅਤੇ ਉਹ ਇਹ ਗੁਰਦੁਆਰਾ ਸਾਹਿਬ ਹੈ ਹਾਂ ਦਾ ਨਾਰਾ। ਜੀ ਇਹ ਸੀ ਆਪਣਾ ਅੱਜ ਦਾ ਵਲੌਗ, ਵਲੌਗ ਤੁਹਾਨੂੰ ਕਿੱਦਾਂ ਲੱਗਿਆ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ, ਅਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਜੀ, ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ, ਤਾਂ ਜੇ ਤੁਹਾਨੂੰ ਆਉਣ ਵਾਲੇ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੇ ਰਹਿਣ ਜੀ। ਮਿਲਦੇ ਆਪਾਂ ਇੱਕ ਨਵੇਂ ਵਲੌਗ ਦੇ ਵਿੱਚ, ਅਤੇ ਤਦ ਤੱਕ ਲਈ ਖੁਸ਼ ਰਹੋ, ਮੁਸਕਰਾਉਂਦੇ ਰਹੋ, ਆਪਣਾ ਅਤੇ ਆਪਣੀ ਫੈਮਿਲੀ ਦਾ ਖਿਆਲ ਰੱਖਿਓ ਜੀ। ਬਾਏ ਬਾਏ।